ਲੀਡਰ ਵੋਟਾਂ ਮੰਗਣ ਜ਼ਰੂਰ ਜਾ ਰਹੇ ਨੇ ਪਰ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕਾਂ ਵੱਲੋਂ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿ ਆਖਿਰ ਉਹਨਾਂ ਨੇ ਕੀਤਾ ਕੀ ਹੈ। ਪਰ ਅਜਿਹਾ ਲੀਡਰਾਂ ਨੂੰ ਗਵਾਰਾ ਨਹੀਂ, ਜਿਸ ਦੇ ਚੱਲਦਿਆਂ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਆਪਣੇ ਮੂੰਹ ਫੁੱਟ ਸੁਭਾਅ ਦੇ ਕਾਰਨ ਇੱਕ ਵਾਰ ਫਿਰ ਤੋਂ ਮੁਸੀਬਤ ਵਿੱਚ ਘਿਰ ਗਏ। ਦਰਅਸਲ ਅਨਿਲ ਵਿਜ ਅੰਬਾਲਾ ਛਾਉਣੀ ਦੇ ਇਲਾਕੇ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਤਨ ਲਾਲ ਕਟਾਰੀਆ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ, ਪਰ ਜਿੱਥੇ ਉਹਨਾਂ ਨੂੰ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਵਿਰੋਧ ਤੋਂ ਤੰਗ ਆਏ ਮੰਤਰੀ ਤੈਸ਼ ਦੇ ਵਿੱਚ ਆ ਗਏ ਅਤੇ ਗਾਲ ਕੱਢ ਦਿੱਤੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਨੂੰ ਘੇਰ ਲਿਆ ਅਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਾਬਲੇ ਜ਼ਿਕਰ ਹੈ ਕਿ ਮੰਤਰੀ ਦੇ ਗਾਲ ਕੱਢਣ ਤੋਂ ਬਾਅਦ ਲੋਕ ਵੀ ਭੜਕ ਉੱਠੇ, ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਮੰਤਰੀ ਨੂੰ ਉੱਥੋਂ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮੰਤਰੀ ਨੂੰ ਖੂਬ ਬੁਰਾ ਭਲਾ ਵੀ ਕਿਹਾ। ਇਸ ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਰੋਧ ਕਰਨ ਤੋਂ ਬਾਅਦ ਮੰਤਰੀ ਨੇ ਗਾਲ ਕੱਢੀ ਅਤੇ ਲੋਕਾਂ ਨੇ ਉਹਨਾਂ ਦਾ ਕਿਸ ਤਰੀਕੇ ਨਾਲ ਜਵਾਬ ਦਿੱਤਾ। ਇੱਕ ਗੱਲ ਜ਼ਰੂਰ ਸਾਫ਼ ਹੈ ਕਿ ਲੋਕ ਹੁਣ ਲੀਡਰਾਂ ਦੇ ਲਾਰਿਆਂ ਦੇ ਵਿੱਚ ਨਹੀਂ ਆਉਣ ਵਾਲੇ, ਉਹਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਅਤੇ ਕੀ ਕੰਮ ਕੀਤਾ ਉਸਦਾ ਲੇਖਾ ਜੋਖਾ ਕਰਨ ਦੇ ਵਿੱਚ ਲੋਕ ਲੱਗੇ ਹੋਏ ਨੇ। ਪਰ ਲੱਗਦੇ ਲੀਡਰਾਂ ਨੂੰ ਇਹ ਗਵਾਰਾ ਹੀ ਨਹੀਂ ਕਿ ਲੋਕ ਉਹਨਾਂ ਤੋਂ ਸਵਾਲ ਪੁੱਛਣ। ਜੇਕਰ ਕੋਈ ਸਵਾਲ ਪੁੱਛਦਾ ਤਾਂ ਮੰਤਰੀ ਭੜਕ ਉੱਠਦੇ ਨੇ ਅਤੇ ਆਪਣਾ ਆਪਾ ਖੋ ਬੈਠਦੇ ਨੇ। ਅਜਿਹਾ ਹੀ ਅਨਿਲ ਵਿਜ ਨੇ ਕੀਤਾ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਤੇ ਆਖਿਰ ਮੰਤਰੀ ਵੱਲੋਂ ਕੀ ਸਫਾਈ ਦਿੱਤੀ ਜਾਂਦੀ ਹੈ ਅਤੇ ਲੋਕ ਕਿਸ ਤਰ੍ਹਾਂ ਕੈਬਨਿਟ ਮੰਤਰੀ ਨੂੰ ਉਹਨਾਂ ਦੀ ਇਸ ਗਾਲ ਦਾ ਜਵਾਬ ਦੇਣਗੇ। ਅੱਛਾ ਗੁੰਡਾ ਕਰਦੀ ਹੈ, ਗੁੰਡਾ ਕਰਦੀ ਸਜ਼ਾ, ਗੁੰਡਾ ਕਰਦੀ ਗਾਲਾ ਕੱਢ ਰਿਹਾ ਸਜ਼ਾ ਸਜ਼ਾ ਕੱਢ ਰਿਹਾ ਜੀ। ਮੈਂ ਕਿਉਂ ਨਾ ਦੇਗਾ, ਕਿਉਂ ਨਾ ਦੇ